ਕਿ ਅੱਜ ਹੋਰ ਕਈ ਚੁੱਲਿਆਂ ਦੇ ਵਿੱਚ ਜਿਹੜੀ ਆਗ ਹੈ ਉਹ ਬੁਝਣ ਨਹੀਂ ਦਿੱਤੀ ਜਾਊਗੀ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਨਿਯੁਕਤੀ ਪੱਤਰ ਵੰਡੇ ਜਾਣਗੇ ਜਦੋਂ ਵੀ ਇੱਥੇ ਆਉਣਾ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਸਾਡੇ ਪੰਜਾਬ ਦੀ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਨੇ ਅੱਜ ਤੁਸੀਂ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਹੋ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨ ਜਿੱਥੋਂ ਤੱਕ ਮਾਰਕਫੈਡ ਦਾ ਸਬੰਧ ਹੈ ਅਸੀਂ ਬਹੁਤ ਕਲੋਜ਼ਲੀ ਮਾਰਕਫੈਡ ਨੂੰ ਵਾਚ ਕਰਕੇ ਤੇ ਮਾਰਕਫੈਡ ਚ ਕਿੰਨੀਆਂ ਸੰਭਾਵਨਾ ਸੰਭਾਵਨਾਵਾਂ ਨੇ ਉਹਨਾਂ ਤੇ ਕੰਮ ਕਰ ਰਹੇ ਹਾਂ ਆਮ ਤੌਰ ਤੇ ਜਿਹੜੇ ਰਵੈਤੀ ਪੋਲਿਟਿਸ਼ੀਨ ਨੇ ਉਹ ਇੱਕ ਰਵਾਜਾ ਬਣ ਗਿਆ ਸੀ ਕਿ ਸਰਕਾਰ ਵੱਲੋਂ ਉਹਨਾਂ ਨੂੰ ਦੀਵਾਲੀ ਵੇਲੇ ਆਈਪੋਡ ਆਈਪੈਡ ਆਈਫੋਨ ਜਹਰ ਮਹਿੰਗੇ-ਮਹਿੰਗੇ ਗਿਫਟ ਦਿੱਤੇ ਜਾਂਦੇ ਸੀ ਪਰ ਅਸੀਂ ਇਸ ਵਾਰ ਇੱਕ ਨਵੀਂ ਪਰਤ ਪਾਈ ਹੈ ਕਿ ਮਾਰਕਫੇਟ ਦੀ ਪੂਰੀ ਟੋਕਰੀ ਪੈਕ ਕਰਕੇ ਉਹਨਾਂ ਦੇ ਘਰੇ ਭੇਜੀ ਹੈ ਜਿੱਦੇ ਚ ਮਸਟਰਡ ਆਇਲ ਵੀ ਹੈ ਸੋਇਆਬੀਨ ਆਇਲ ਵੀ ਹੈ ਹਣੀ ਕੋਟੜ ਕਨਫਲੈਕਸ ਨੇ ਸਰੋਂ ਦੇ ਸਾਗ ਦਾ ਪੱਕਾ ਹੈ ਲੀਚੀ ਅਚਾਰ ਹਣੀ ਸੋ ਅਸੀਂ ਭੇਜਿਆ ਤਾਂ ਕਈਆਂ ਨੇ ਇਹ ਕਹੇ ਜੀ ਦੁਬਾਰਾ ਭੇਜ ਦਿਓ ਸਾਨੂੰ ਇੱਕ ਹੋਰ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮਾਰਕਫੈਟਿਕ ਬਹੁਤ ਵੱਡਾ ਉਧਾਰਾ ਹੈ ਜਿਦੇ ਕੋਲੇ ਬਹੁਤ ਸਾਰੇ ਪ੍ਰੋਡਕਟ ਨੇ ਅਸੇ ਜਿਹੜੇ ਪੂਰੀ ਦੁਨੀਆ ਜਾ ਸਕਦੇ ਨੇ ਪਠਾਨਕੋਟ ਤੋਂ ਮਿੱਠੀ ਲੀਚੀ ਹੈ ਨਹੀਂ ਕਿਤੇ ਜੇ ਪ੍ਰੋਸੈਸਿੰਗ ਕੀਤੀ ਜਾਵੇ ਤਾਂ ਲੀਚੀ ਸਾਡੀ ਪੂਰੀ ਦੁਨੀਆ ਜਾ ਸਕਦੀ ਹੈ ਕਿਨੂੰ ਸਾਡੇ ਕੋਲ ਹੈ ਪ੍ਰੋਸੈਸ ਕਰੀਏ ਤਾਂ ਕਿਨੂੰ ਜਿਹੜਾ ਬਹੁਤ ਵੱਡੀ ਮਾਰਕੀਟ ਬਣ ਸਕਦੀ ਗੁੜ ਸਾਡਾ ਗੁੜ ਜਿਹੜਾ ਉਹ ਪੂਰੀ ਦੁਨੀਆ ਚ ਫੇਮਸ ਹੈ ਜਨੂਸੀ ਪ੍ਰੋਸੈਸ ਕਰੀਏ ਤਾਂ ਗੁੜ ਬਹੁਤ ਵੱਡਾ ਇੱਕ ਪ੍ਰੋਡਕਟ ਹੈ। ਆਲੂ ਟਮਾਟੋ ਗੁਆਵਾ ਹਿਸ਼ਾਰਪੁਰ ਵਰਗੇ ਅੰਬ ਹੈ ਨਹੀਂ ਕਿਤੇ ਮਿੱਠੇ ਤਾਂ ਸਾਡੀ ਕੁਦਰਤ ਨੇ ਸਾਨੂੰ ਬਹੁਤ ਨੇਮਤਾਂ ਦਿੱਤੀਆਂ ਨੇ। ਬਜਾਏ ਇਸੇ ਕਿਸੇ ਖਰਾਬ ਕਰੀਏ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ। ਮੈਂ ਹੁਣੇ ਜਾ ਕੇ ਆਇਆ ਹైదరాబాద్, ਚੇਨਈ ਤੇ ਬਹੁਤ ਸਾਰੇ ਫੂਡ ਪ੍ਰੋਸੈਸਿੰਗ ਨਾਲ ਰਿਲੇਟਡ ਇੰਡਸਟ੍ਰੀਸਟ ਮਿਲੇ ਤੇ ਉਹਨਾਂ ਨੂੰ ਜਦੋਂ ਅਸੀਂ ਇਹ ਦੱਸਿਆ ਤਾਂ ਉਹ ਹੈਰਾਨ ਰਹਿ ਗਏ ਅਸੀਂ ਕਹਾਂ ਜੀ ਹਰ ਕਿਸਮ ਦਾ ਮੌਸਮ ਹੈ ਉੱਥੇ ਜਿਹੜੀ ਮਰਜ਼ੀ ਬੀਜ ਬੀਜ ਲੋ ਉਗ ਜਾਂਦੇ ਨੇ ਮਿਹਨਤੀ ਲੋਕ ਨੇ ਔਰ ਦਿੱਲੀ ਤੋਂ 200 ਕਿਲੋਮੀਟਰ ਦੀ ਦੂਰੀ ਹੈ 3 ਘੰਟੇ ਦਾ ਸਾਢੇ 3 ਘੰਟੇ ਦਾ ਰਾਹ ਹੈ ਇੰਟਰਨੈਸ਼ਨਲ 에ਰਪੋਰਟ ਨੇ ਦੋ ਚਾਰ ਡੋਮੈਸਟਿਕ ਨੇ ਸੋ ਉਹਨਾਂ ਨੇ ਸਾਡੇ ਨਾਲੇ ਵਾਦਾ ਕੀਤਾ ਕਿ ਅਸੀਂ ਫੂਡ ਪ੍ਰੋਸੈਸਿੰਗ ਤੇ ਖੇਤੀ ਦੇ ਸੈਕਟਰ ਚ ਸੀ ਆਵਾਂਗੇ ਪੰਜਾਬ ਜਿਹੜਾ ਹੈ ਭਾਰਤ ਦੇ ਵਿੱਚ ਜਿੰਨੇ ਵੀ ਟਰੈਕਟਰ ਪੈਦਾ ਹੁੰਦੇ ਨੇ ਟਰੈਕਟਰ ਬਣਾਏ ਜਾਂਦੇ ਨੇ ਮੈਨੂਫੈਕਚਰ ਕੀਤੇ ਜਾਂਦੇ ਨੇ 80% ਪੰਜਾਬ ਚ ਬਣਦੇ ਨੇ ਸਵਰਾਜ ਹੈ ਸਾਡੇ ਕੋਲ ਸੋਨਾਲਿਕਾ ਹੈ ਹੋਰ ਵੀ ਬਹੁਤ ਸਾਰੀਆਂ ਟਰੈਕਟਰ ਦੀਆਂ ਕੰਪਨੀਆਂ ਇੰਟਰਸਟਡ ਨੇ ਖੋਰ ਪ੍ਰਾਪਤੀ ਦੱਸਦੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਨੌ ਸਾਵਨੋਮੀਨ ਦੀ ਸਰਕਾਰ ਹੈ ਹੁਣ ਤੱਕ 30000 ਕਰੋੜ ਰੁਪਏ ਦਾ ਇਨਵੈਸਟਮੈਂਟ ਪੰਜਾਬ ਦੇ ਵਿੱਚ ਆ ਚੁੱਕਾ ਜਿਦੇ ਵਿੱਚ ਟਾਟਾ ਸਟੀਲ ਹੈ ਸਨਾਥਨ ਟੈਕਸਟਾਈਲ ਹੈ ਬਰਵੀਓ ਕੰਪਨੀ ਹੈ ਜਿਹੜੀ ਪ੍ਰਾਲੀ ਤੋਂ ਬਾਇਓ ਗੈਸ ਬਣਾਉਂਦੀ ਹੈ ਫਲੇਡਨਬਰਗ ਹੈ ਇਹ ਵੀ ਜਰਮਨੀ ਦੀ ਕੰਪਨੀ ਹੈ ਬਾਈਸਾਈਕਲ ਦਾ ਸਾਡੇ ਕੋਲ ਪਹਿਲਾਂ ਹੀ ਹੈਗੇ ਸੀ ਉਹਦੇ ਵਿੱਚ ਤਾਂ ਅਸੀਂ ਟਾਪ ਆ ਹੀਰੋ ਤੇ ਐਵਨ ਸੋ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਇਸ ਤਰ੍ਹਾਂ ਦੀ ਇੰਡਸਟਰੀ ਚਾਹੇ ਉਹ ਮੈਨੂਫੈਕਚਰ ਕਰ ਰਹੀ ਇੱਥੇ ਚਾਹੇ ਉਹ ਇੱਥੇ ਆਪਣੀ ਫੈਕਟਰੀ ਲਾਵੇ ਚਾਹੇ ਉਹ ਇਹਨੂੰ ਆਪਣਾ ਹੈੱਡ ਆਫਿਸ ਬਣਾਵੇ ਇੱਕ ਵਾਰੀ ਆਓ ਮਾਹੌਲ ਅਸੀਂ ਦੇਵਾਂਗੇ ਉਹਨਾਂ ਨੂੰ ਅਸੀਂ ਦੱਸਤਾ ਉਹਨਾਂ ਨੂੰ ਕਿ ਉਹ ਪਹਿਲਾਂ ਵਾਲਾ ਮਾਹੌਲ ਹੀ ਰਿਹਾ ਉੱਥੇ ਉਹਨਾਂ ਪਹਿਲਾਂ ਵੀ ਉਦਯੋਗਪਤੀ ਇੰਡਸਟ੍ਰੀਸਟ ਆਉਂਦੇ ਸੀ ਪਰ ਉਹ ਇੱਕ ਪਰਿਵਾਰ ਨਾਲ ਐਮਓਯੂ ਕਰਦੇ ਸੀ ਇੱਕ ਫੈਮਿਲੀ ਨਾਲ ਕਿਤੇ ਮੇਰਾ ਕਿਨਸਾ ਹੁਣ ਉਹ ਹਿੱਸੇਦਾਰੀਆਂ ਬੰਦ ਹੋ ਗਈਆਂ ਹੁਣ ਜਿਹੜਾ ਵੀ ਇੰਡਸਟ੍ਰੀਸਟ ਆਉਂਦਾ ਹੈ ਉਹ ਸਰਕਾਰ ਨਾਲ ਤੇ 3 ਕਰੋੜ ਪੰਜਾਬੀਆਂ ਨਾਲ ਐਮਓਯੂ ਸਾਈਨ ਕਰਦਾ ਹੈ ਕਿ ਅਸੀਂ ਇਕੱਠੇ ਮਿਲ ਕੇ ਕੰਮ ਕਰਾਂਗੇ ਸੋ ਬਹੁਤ ਖੁਸ਼ੀ ਹੈ ਸਾਡੇ ਵਿਦੇਸ਼ਾਂ 'ਚ ਵੀ ਸਾਡੀ ਗੱਲ ਚੱਲ ਰਹੀ ਹੈ ਵੇਰਕਾ ਮਾਰਕ ਫੈਡ ਨੂੰ ਲੈ ਕੇ ਸੋਨਾ ਬਨਸਪਤੀ ਜਿਹੜਾ ਸੋਨਾ ਬ੍ਰਾਂਡ ਆਉਦਾ ਕਿ ਅਸੀਂ ਉੱਥੇ ਵੀ ਕਿਉਂਕਿ ਪੰਜਾਬੀ ਤਾਂ ਪੂਰੀ ਦੁਨੀਆ ਚ ਨੇ ਔਰ ਪੰਜਾਬੀਆਂ ਨੂੰ ਜੇ ਪੰਜਾਬ ਤੋਂ ਮਿਲਿਆ ਬਣਿਆ ਹੋਇਆ ਗੋੜਾ ਜੇ ਪੰਜਾਬੀਆਂ ਕੋਲ ਜੇ ਪੰਜਾਬ ਤੋਂ ਬਣੇ ਹੋਏ ਪਨੀਰ ਆਜੇ ਪੰਜਾਬ ਖੀਰ ਆਜੇ ਪਿੰਨੀਆਂ ਆ ਜਾਣ ਪੰਜਾਬ ਦੇ ਬਣੇ ਹੋਏ ਸਾਰਾ ਕੁਝ ਪ੍ਰੋਡਕਟ ਆ ਜਾਣ ਤਾਂ ਅੱਖਾਂ ਮੀਚ ਕੇ ਜਦੋਂ ਸਟੋਰ ਤੇ ਜਾਣਗੇ ਅੱਖਾਂ ਮੀਚ ਕੇ ਉਹ ਆਪਣੀ ਟੋਕਰੀ ਦੇ ਵਿੱਚ ਰੱਖ ਲੈਣਗੇ ਕਿ ਪੇਕਿਆਂ ਤੋਂ ਆਈ ਹੋਈ ਹੈ ਇਹ ਉਧਰਲੇ ਪਾਸੇ ਵਾਲਾ ਸਮਾਨ ਹੈ ਬੜੀਆ ਹੀ ਹੈ ਬਾਕੀ ਰਹੀ ਸਰਕਾਰੀ ਨੌਕਰੀਆਂ ਦੀ ਗੱਲ ਅਸੀਂ ਰਸਤਾ ਕਲੀਅਰ ਕਰ ਕਰਕੇ ਨੌਕਰੀਆਂ ਦੇ ਹੀ ਜਾਂਦੇ ਹਾਂ ਕਿਉਂਕਿ ਰਸਤਾ ਕਿੱਥੋਂ ਕਲੀਅਰ ਕਰਨਾ ਬਹੁਤ ਸਾਰੀਆਂ ਹਾਈ ਕੋਰਟ ਦੇ ਵਿੱਚ ਰਿੱਟਾਂ ਪਈਆਂ ਹੋਈਆਂ ਨੇ ਸਟੇ ਮਿਲੀ ਹੋਈ ਹੈ ਕਦੇ ਕਿਸੇ ਹੋਰ ਫੈਸਲੇ ਦਾ ਹਵਾਲਾ ਦਿੱਤਾ ਜਾਂਦਾ ਸੋ ਅੱਜ ਵਾਲੇ ਮਿਲਾ ਕੇ 21000 404 ਜਿਹੜੀਆਂ ਟੋਟਲ ਨੌਕਰੀਆਂ ਹੋ ਗੀਆਂ ਆਪ ਇਸ ਸਰਕਾਰ ਚ 1404 ਨਿਯੁਕਤੀ ਪੱਤਰ ਦੇ ਚੁੱਕੇ ਆ ਤੁਹਾਨੂੰ ਅੱਜ ਨਿਯੁਕਤੀ ਪੱਤਰ ਦੇ ਦਾਂਗੇ ਤੁਸੀਂ ਕੱਲ ਤੋਂ ਕੰਮ ਤੇ ਲੱਗ ਜਾਓਗੇ ਸੋ ਜੇ ਇੱਥੇ ਕੰਮ ਮਿਲ ਜੇ ਪਰਿਵਾਰ ਚ ਬੈ ਕੇ ਰੋਟੀ ਖਾਈਏ ਪਰਿਵਾਰ ਚ ਆਈਏ ਜਾਈਏ ਖੁਸ਼ੀਆਂ ਮਨਾਈਏ ਤਿਹਾਰਾਂ ਚ ਪਰਿਵਾਰ ਹੋਵੇ ਦੁੱਖ ਸੁੱਖ ਚ ਪਰਿਵਾਰਾਂ ਨਾਲ ਬੈਠੀਏ ਤਾਂ ਉੱਥੇ ਵਾਲੀ ਵੱਧ ਕਮਾਈ ਵੀ ਛੋਟੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਆਪਣਾ ਘਰ ਆਪਣੀ ਬੋਲੀ ਆਪਣਾ ਦੇਸ਼ ਆਪਣਾ ਮਾਹੌਲ ਆਪਣੇ ਦੋਸਤ ਆਪਣਾ ਪਰਿਵਾਰ ਇਹ ਇਹ ਦੀ ਕੋਈ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੁੰਦੀ ਗਏ ਨੇ ਬਾਰ ਬਹੁਤ ਸਾਰੇ ਸਾਡੇ ਭਰਾ ਐਨਆਰਆਈ ਕਾਮਯਾਬੀ ਹੋਏ ਨੇ ਬਹੁਤ ਜਲ ਜਿਆਦਾ ਪਰ ਮਨ ਉਹਨਾਂ ਦਾ ਇੱਥੇ ਹੀ ਹੈ ਉਹ ਹਰ ਇੱਕ ਦੀਵਾਲੀ ਤੇ ਉਹ ਬਸਾਖੀ ਤੇ ਉਹ ਲੋਹੜੀ ਤੇ ਉਹ ਜਿਵੇਂ ਹੁਣ ਸਭਾ ਹੈ ਜੀ ਆਪਣੇ ਛੋਟੇ ਸਬਜਾਦਿਆਂ ਦੀ ਫਤੇਕਰ ਸਾਹਿਬ ਵੀ ਆਉਂਦੇ ਮੱਥਾ ਟੇਕਣ ਦਰਬਾਰ ਸਾਹਿਬ ਜਦੋਂ ਮੌਕਾ ਮਿਲਦਾ ਮੱਥਾ ਟੇਕ। ਸੋ ਉਹਨਾਂ ਦਾ ਮਨ ਇੱਥੇ ਹੀ ਹੈ। ਤੇ ਉਹ ਮੈਨੂੰ ਹਰ ਰੋਜ਼ ਬਹੁਤ ਸਾਰੇ ਫੋਨ ਆਉਂਦੇ ਨੇ ਕਿ ਅਸੀਂ ਹੁਣ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆਂ ਪਹਿਲਾਂ ਸਾਨੂੰ ਯਕੀਨ ਨਹੀਂ ਸੀਗਾ। ਪਹਿਲਾਂ ਸਾਨੂੰ ਇਹ ਸੀਗਾ ਪੈਸੇ ਤਾਂ ਦੇ ਦਾਂਗੇ ਪਰ ਜਾਣੇ ਨਹੀਂ ਕਿਤੇ ਕਿਸੇ ਹੋਰ ਪਾਸੇ ਚਲੇ ਜਾਣਗੇ। ਹੁਣ ਸਾਨੂੰ ਥੋੜਾ ਜਿਹਾ ਯਕੀਨ ਬਣਿਆ ਕਿ ਪੈਸੇ ਜਿੱਥੇ ਸਚਾਂਗੇ ਉੱਥੇ ਲਾਵਾਂਗੇ। ਅਸੀਂ ਸਮਾਰਟ ਸਕੂਲਾਂ ਤੇ ਲੱਗੇ ਆਂ ਕੱਲ ਨੂੰ 24 ਤਰੀਕਾ ਹੈ ਕੱਲ ਨੂੰ ਸਾਰੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਸਰਕਾਰੀ ਸਕੂਲਾਂ 'ਚ ਵੀ ਪੇਰੈਂਟ-ਟੀਚਰ ਮੀਟਿੰਗ ਹੋ ਰਹੀ ਹੈ ਨਹੀਂ ਸਰਕਾਰੀ ਸਕੂਲਾਂ 'ਚ ਨਹੀਂ ਕਰਦੇ ਪੇਰੈਂਟ-ਟੀਚਰ ਮੀਟਿੰਗ ਪ੍ਰਾਈਵੇਟ ਸਕੂਲਾਂ 'ਚ ਹੁੰਦੀ ਸੀ ਅਸੀਂ ਸਰਕਾਰੀ 'ਚ ਕੱਲ ਨੂੰ ਸ਼ੁਰੂ ਕਰ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਜਿਹੜੇ ਮੁਲਾਜ਼ਮ ਨੇ ਸਰਕਾਰੀ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹਨੂੰ 2 ਘੰਟਿਆਂ ਦੀ ਛੁੱਟੀ ਵੀ ਦੇ ਦਿੱਤੀ ਕਿ ਤੁਸੀਂ ਜ਼ਰੂਰ ਆਇਓ ਸਕੂਲ 'ਚ ਸਕੂਲ ਜਾਓ ਟੀਚਰ ਨਾਲ ਗੱਲ ਕਰੋ ਟੀਚਰ ਦੱਸੂਗਾ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਕਿਹੜੇ ਸਬਜੈਕਟ ਚ ਵਧੀਆ ਕਰ ਰਿਹਾ ਹੈ ਉਹ ਕਿਵੇਂ ਬੈਲੈਂਸ ਕਰੀਏ ਮਾਪੇ ਦੱਸਣਗੇ ਘਰੇ ਕਿੰਨੀ ਕਿ ਸੈਟਿੰਗ ਹੈ ਉਹਦੀ ਕੀ ਕੀ ਕਰਦਾ ਹੈ ਕਿੱਥੇ ਜਾਂਦਾ ਹੈ ਸੋ ਬੱਚੇ ਤੇ ਜਦੋਂ ਮਾਪਿਆਂ ਤੇ ਟੀਚਰ ਦਾ ਆਪਸ ਚ ਸਹਿਯੋਗ ਹੋ ਗਿਆ ਤਾਂ ਬੱਚੇ ਨੂੰ ਵੀ ਹੌਸਲਾ ਹੁੰਦਾ ਹੈ ਕਿ ਮੈਂ ਕੁਝ ਕਰਕੇ ਦਿਖਾਉਣਾ ਹੈ ਮੇਰੇ ਮਾਪੇ ਮੇਰੇ ਟੀਚਰ ਤੋਂ ਉਮੀਦ ਕਰਦੇ ਨੇ ਮੇਰੇ ਟੀਚਰ ਮੈਂ ਤੁਹਾਨੂੰ ਇਹ ਕਰਦੇ ਨੇ ਸੋ ਕੱਲ ਨੂੰ ਪੇਰੈਂਟ ਟੀਚਰ ਮੀਟਿੰਗ ਕਰ ਰਹੇ ਆ ਮਾਪਿਆਂ ਤੇ ਅਧਿਆਪਕਾਂ ਦੀ ਮਿਲਣੀ ਕਰ ਰਹੇ ਆ ਤਾਂ ਕਿ ਇਹ ਚੱਲਦਾ ਰਵੇ سلسلہ ਕਿ ਸਾਡਾ ਬੱਚਾ ਅੱਛੇ ਹੱਥਾਂ ਚ ਹੈ ਅੱਛੇ ਟੀਚਰਾਂ ਕੋਲ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਮਨੀਸ਼ ਸੋਦੀਆ ਜੀ ਨੇ ਸ਼ੁਰੂ ਕੀਤਾ ਸੀ ਤੁਸੀਂ ਯਕੀਨ ਕਰੋ ਕੋਈ ਰਿਕਸ਼ੇ ਵਾਲਾ ਵੀ ਸਵਾਰੀਆਂ ਛੱਡ ਕੇ ਕਹਿੰਦਾ ਸੀ ਕਹਿੰਦਾ ਮੈਂ ਆਪਦੇ ਬੱਚੇ ਦੇ ਸਕੂਲ ਚ ਜਾ ਕੇ ਆਣਾ ਅੱਜ ਮੈਂ ਉਹ ਕਿੰਨੀ ਖੁਸ਼ੀ ਹੁੰਦੀ ਉਹਨੂੰ ਇੰਨੀ ਖੁਸ਼ੀ ਹੁੰਦੀ ਹੋਊ ਉਹਨੂੰ ਜਦੋਂ ਉਹ ਆਪਣੇ ਬੱਚੇ ਨੂੰ ਹੋਰ ਇੰਟੈਲੀਜੈਂਟ ਬੱਚਿਆਂ ਦੇ ਨਾਲ ਦੇ ਬੈਂਚ ਤੇ ਬੈਠ ਬੈਠ ਕੇ ਪੜਦਾ ਦੇਖਦਾ ਹੋਊਗਾ। ਚੌਦੀ ਖੁਸ਼ੀ ਦਾ ਕੋਈ ਅੰਤ ਨਹੀਂ ਹੋਣਾ। ਸੋ ਉਹੀ ਇੱਥੇ ਚੀਜ਼ ਲਿਆਉਣੀ ਹੈ। 100 ਤੋਂ ਜ਼ਿਆਦਾ ਸਕੂਲ ਬਣਾ ਰਹੇ ਹਾਂ ਸਕੂਲ ਆਫ ਐਮੀਨੈਂਸ। ਮਤਲਬ 9ਵੀਂ, 10ਵੀਂ, 11ਵੀਂ, 12ਵੀਂ ਤੋ ਉਦੋਂ ਤੱਕ ਪਤਾ ਲੱਗ ਜਾਂਦਾ ਬੱਚਾ ਜਾਊਗਾ ਕਿਦਰ। ਜਿਸ ਖੇਡਮਲ ਜਾਣਾ ਚਾਹੁੰਦਾ ਉਹਨੂੰ ਸਕੂਲ ਆਫ ਐਮਿਨੈਂਸ ਦੇ ਵਿੱਚ ਖੇਡਾਂ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਉਹ ਡਾਕਟਰ ਬਣਨਾ ਚਾਹੁੰਦਾ ਮੈਡੀਕਲ ਪਾਸੇ ਲੈ ਕੇ ਜਾਵਾਂਗੇ ਜੇ ਉਹ ਦਾ ਆਟੀਵਲ ਇੰਟਰਸਟ ਹੈ ਤਾਂ ਉਹਨੂੰ ਆਈਟੀਵਲ ਲੈ ਕੇ ਜਾਵਾਂਗੇ ਜੇ ਉਹ ਦਾ ਕਿਸੇ ਹੋਰ profession ਵਾਲ ਫੈਸ਼ਨ ਡਿਜ਼ਾਈਨਿੰਗ ਹੈ ਅੱਜ ਕੱਲ ਤਾਂ ਪੂਰੀ ਦੁਨੀਆ ਖੁੱਲ ਗਈ ਜੇ ਉਹ ਉਧਰ ਲੈ ਕੇ ਜਾਣਾ ਚਾਹੁੰਦਾ ਤਾਂ ਉਹਨੂੰ ਉਧਰ ਲੈ ਕੇ ਜਾਵਾਂਗੇ ਤਾਂ ਕਿ 11ਵੀਂ 12ਵੀਂ ਤੋਂ ਬਾਅਦ ਯੂਨੀਵਰਸਿਟੀ ਨੂੰ ਅਸੀਂ ਐਸੇ ਸਟੂਡੈਂਟ ਦੇਈਏ ਕਿ ਯੂਨੀਵਰਸਿਟੀਆਂ ਵੀ ਕਹਿਣ ਕਿ ਹਾਂ ਬੱਚੇ ਆਏ ਨੇ ਤਾਂ ਇਹਨਾਂ ਨੂੰ ਹੁਣ ਅੱਗੇ ਤਰਾਸ਼ਣਾ ਸਾਡਾ ਕੰਮ ਹੈ ਮੈਂ ਯੂਨੀਵਰਸਿਟੀਆਂ 32 ਯੂਨੀਵਰਸਿਟੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਾਰਿਆਂ ਦੇ ਵੀਸੀਜ਼ ਨਾਲ ਮੈਂ ਮੀਟਿੰਗ ਕੀਤੀ ਹੈ ਦੇਖੋ ਜਿਹੜਾ ਸੁਨਾਰ ਹੈ ਸੁਨਾਰ ਜਿਹੜਾ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਲੈਂਦਾ ਸੋਨੇ ਦੇ ਬਹੁਤ ਵਧੀਆ ਜੇਵਰ ਬਣਾ ਦਿੰਦਾ ਫੂਕਾ ਮਾਰ ਮਾਰ ਕੇ ਸੋਨੇ ਨੂੰ ਢਾਲ ਕੇ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਲੈਂਦਾ ਪਰ ਉਹ ਚਾਂਦੀ ਨੂੰ ਜਾਂ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ ਜਿਹੜਾ ਉਹਦੇ ਕੋਲੇ ਆਉਣਾ ਚਾਹੀਦਾ ਹੈ ਇਹਦਾ ਮਤਲਬ ਸੋਨਾ ਤਾਂ ਘਟੂ ਘਟ ਹੋਣਾ ਚਾਹੀਦਾ ਸੋ ਜੇ ਅਸੀਂ ਸੋਨੇ ਦੇ ਰੂਪ ਚ ਆਪਣੇ ਬੱਚਿਆਂ ਨੂੰ ਪੜਾਅਲ ਖਾ ਕੇ ਸਕਿੱਲ ਕਰਕੇ ਜਾਂ ਸਪੈਸ਼ਲਿਸਟ ਬਣਾ ਕੇ ਯੂਨੀਵਰਸਿਟੀ ਐਜ ਭੇਜੀਏ ਤਾਂ ਯੂਨੀਵਰਸਿਟੀ ਉਹਨੂੰ ਸੋਨੇ ਤੋਂ ਉਹਨੂੰ ਫੂਕਾ ਮਾਰ ਕੇ ਐਸਾ ਤਰਾਸ਼ੂਗੀ ਕਿ ਉਹ ਜੌਬ ਸੀਕਰਸ ਨਹੀਂ ਰਹੂਗਾ ਜੌਬ ਪ੍ਰੋਵਾਈਡਰ ਬਣ ਜਾਊਗਾ ਉਹ ਨੌਕਰੀ ਤਲਾਸ਼ਣ ਵਾਲਾ ਨਹੀਂ ਨੌਕਰੀ ਦੇਣ ਵਾਲਾ ਬਣ ਜਾਊਗਾ ਇਸ ਤੋਂ ਪਹਿਲਾਂ ਕਦੇ ਪੰਜਾਬ ਬਾਰੇ ਇਦਾਂ ਸੋਚਿਆ ਨਹੀਂ ਗਿਆ ਮੈਂ ਹైదరాబాద్ ਚ ਨਹੀਂ ਗਿਆ ਉਹ ਕਹਿੰਦੇ ਸਾਡੇ ਕੋਲ ਤਾਂ ਆਇਆ ਹੀ ਨਹੀਂ ਕੋਈ ਜੀ ਪੰਜਾਬ ਵੱਲੋਂ ਅਸੀਂ ਤਾਂ ਦਿੱਲੀ ਤੋਂ ਕੇ ਟੱਪੇ ਹੀ ਨਹੀਂ ਜੀ ਉਹਨੂੰ ਪਤਾ ਹੀ ਨਹੀਂ ਕਿ ਪੰਜਾਬ ਚ ਕੀ ਸੁਭਾਅ ਬਣਾਵਾ ਨੇ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨੇ ਪੰਜਾਬ ਚ ਫੇਲ ਨੇ ਕਾਰਨ ਸਿਸਟਮ ਨਹੀਂ ਕੰਮ ਕਰ ਦਿੰਦਾ ਸੀ ਇੱਥੇ ਅਸੀਂ ਸਿਸਟਮ ਬਿਲਕੁਲ ਫ੍ਰੀ ਕਰਤਾ ਕਰਾਪਸ਼ਨ ਫ੍ਰੀ ਮਾਹੌਲ ਦੇਵਾਂਗੇ ਉਹਨਾਂ ਨੂੰ ਬਿਜਲੀ ਵਾਲੇ ਪਾਸੋਂ ਐਤਕੀ ਸ਼ਿਕਾਇਤਾਂ ਨਹੀਂ ਆਈ ਕੋਈ ਕੋਈ ਕੱਟ ਕਰਨ ਤਾਂ ਲੱਗਿਆ ਬਿਲ ਜ਼ੀਰੋ ਆਗੇ ਖਾਸਿਆਂ ਨੂੰ ਆਗੇ 9 9 ਹੈ ਜੀ ਆਪਣਾ ਜ਼ੀਰੋ ਹੈ ਜੀ ਨਹੀਂ ਖੇਤਾਂ ਚ ਝੋਨਾ ਲਾਉਣ ਵੇਲੇ ਕੋਈ ਕੱਟ ਤਾਂ ਨਹੀਂ ਲੱਗਿਆ ਕੋਈ 8 ਘੰਟਿਆਂ ਦੀ ਪਾਬੰਦੀ ਵੀ ਨਹੀਂ ਰਹੀ 15 15 ਘੰਟੇ ਮੋਟਰਾਂ ਚੱਲੀਆਂ ਨੇ ਮੋਟਰਾਂ ਬੰਦ ਕਰਕੇ ਝੋਨਾ ਲਾਉਣਾ ਪਿਆ ਨਹੀਂ ਫੈਕਟਰੀਆਂ ਨੂੰ ਕਿਹਾ ਗਿਆ ਵੀ ਹਫ਼ਤੇ ਚ ਦੋ ਦਿਨ ਬੰਦ ਰੱਖਿਓ ਜੀ ਸਾਡੇ ਕੋਲ ਬਿਜਲੀ ਨਹੀਂ ਹੈਗੀ ਅਸੀਂ ਉਧਰ ਦੇਣੀ ਹੈ ਕਾਰਨ ਕੀ ਹੈ ਸੱਚੀ ਨੀਅਤ 73% ਬਿਜਲੀ ਜ਼ਿਆਦਾ ਪੈਦਾ ਕੀਤੀ ਦੋਨੇ ਥਰਮ ਪਲਾਂਟਾਂ ਦੁਆਤਕੀ 83% ਸੋ ਬਿਜਲੀ ਦਾ ਸਬੰਧ ਕੱਲੇ ਇੰਡਸਟਰੀ ਨਾਲ ਜਾਂ ਖੇਤੀ ਨਾਲ ਜਾਂ ਘਰਾਂ ਨਾਲ ਨਹੀਂ ਫਿਊਚਰ ਨਾਲ ਵੀ ਹੈ ਕਿਸੇ ਬੱਚੇ ਨੇ ਕੰਪਿਊਟਰ ਤੇ ਕੋਈ ਆਈਡੀਆਜ਼ ਕ੍ਰੀਏਟ ਕਰਨੇ ਨੇ ਸਟਾਰਟਅਪ ਕਰਨੇ ਲੈਟੇ ਨਹੀਂ ਕੀ ਕਰ ਲੂਗਾ ਉਹ ਸੋ ਅੱਜਕੱਲ ਪੂਰੀ ਦੁਨੀਆ ਖੁੱਲ ਗਈ ਪਾਵਰ ਤੋਂ ਬਿਨਾ ਨਹੀਂ ਚੱਲ ਸਕਦਾ ਸੋ ਆਪਾਂ ਪਾਵਰ ਪਲੱਸ ਹੋ ਗਈ ਨੰਬਰ 2 2015 ਤੋਂ ਪਚਵਾੜਾ ਦੇ ਵਿੱਚ ਝਾਰਖੰਡ ਦੇ ਵਿੱਚ ਪੰਜਾਬ ਦੀ ਇੱਕ ਕੋਲੇ ਦੀ ਖਾਨ ਬੰਦ ਪਈ ਸੀ ਕਿਉਂ ਬੰਦ ਪਈ ਸੀ ਪਹਿਲਾਂ ਤਾਂ ਕੋਰਟਾਂ ਦੇ ਚੱਕਰ ਫਿਰ ਆਪਦੇ ਚੱਕਰ ਕਿ ਚਲ ਛੱਡੋ ਬੰਦੀ ਰੱਖਦੇ ਹਾਂ ਉਧਰੋਂ ਉਧਰੋਂ ਹਿਸਾਬ ਹੋਗਾ ਦੂਜੇ ਪਾਸਿਓ ਅਸੀਂ ਉਹ ਕੋਲੇ ਦੀ ਜਿਹੜੀ ਮਾਈਨ ਹੈ ਉਹ ਚਲਾ ਲਈ ਪਾਣੀ ਕੱਢਿਆ ਉਹ ਚੋਂ ਪਹਿਲਾਂ ਤਾਂ ਸਤੰਬਰ ਚ ਪਾਣੀ ਕੱਢਣਾ ਸ਼ੁਰੂ ਹੋਇਆ ਪਾਣੀ ਭਰ ਗਿਆ ਸੀ ਬਹੁਤ ਜ਼ਿਆਦਾ ਫਿਰ ਅਕਤੂਬਰ ਚ ਉਤੋਂ ਪ੍ਰੋਡਕਸ਼ਨ ਸ਼ੁਰੂ ਹੋ ਗਈ ਪਿਛਲੇ 16 ਦਸੰਬਰ ਨੂੰ ਪਹਿਲੀ ਟ੍ਰੇਨ ਕੋਲੇ ਦੀ ਭਰ ਕੇ ਰੋਪੜਾ ਦੇ ਥਰਮਲ ਪਲਾਂਟ ਚ ਵੜ ਗਈ 70 ਲੱਖ ਮੀਟ੍ਰਿਕ ਟਨ ਕੋਲਾ ਸਿਓ ਚ ਇੱਕ ਸਾਲ ਚ ਕੱਢਾਂਗੇ ਲਗਭਗ 25 ਲੱਖ ਮੀਟ੍ਰਿਕ ਟਨ 23 31 ਮਾਰਚ ਤੱਕ ਕੱਢਾਂਗੇ ਹੁਣ ਤੁਹਾਨੂੰ ਉਹ ਖਬਰਾਂ ਨਹੀਂ ਸੁਣਨ ਨੂੰ ਮਿਲਣਗੀਆਂ ਵੀ ਪੰਜਾਬ 'ਚ ਛਾ ਸਕਦਾ ਹਨੇਰਾ ਥਰਮਲ ਪਲਾਂਟ ਕੋਲੇ ਸਿਰਫ ਡੇਢ ਦਿਨ ਦਾ ਕੋਲਾ ਫਲਾਣੇ ਧਰਮਪ੍ਰਾਂਡ ਕੋਲ ਇੱਕ ਦਿਨ ਦਾ ਕੋਲਾ ਬਚਿਆ ਪੰਜਾਬ ਸਸਕਦਾ ਨੇਹਰਾ ਉਹ ਨਹੀਂ ਖਬਰ ਮਿਲਣੀਆਂ ਹੁਣ ਉਹਨੇ ਰੇਲ ਤਾਂ ਚਲੇ ਗਏ ਜਨਾ ਨੇਰ ਕਰਦੀ ਵਿਚਾਰ ਰੱਖੀ ਸੀ ਬਲਕਿ ਅਸੀਂ ਦੂਜੇ ਸਾਨ ਮੰਪ੍ਰਾਂਡਾਂ ਤੋਂ ਵੀ ਕੇਂਦਰ ਤੋਂ ਕਹੇ ਸੀ ਦੂਜਿਆਂ ਨੂੰ ਵੀ ਦੇ ਦਿੰਦੇ ਆ ਸਸਤੀ ਸਸਤਾ ਸਾਡੇ ਕੋਲ ਇੰਨਾ ਕੋਲਾ ਹੈ ਜਿਹੜੇ ਪੀਪੀਜ਼ ਮੋੜ ਚ ਬਣਾਏ ਹੋਏ ਨੇ ਅਸੀਂ ਉਹਨਾਂ ਨੂੰ ਸਸਤਾ ਦੇ ਦਿੰਨੇ ਆ ਉਹਨਾਂ ਤੋਂ ਰੇਟ ਘਟਵਾ ਲਾਂਗੇ ਅਸੀਂ ਰੇਡ ਕਰਾਂ ਲਾਂਗੇ ਬਿਜਲੀ ਸਸਤੀ ਹੋ ਜਾਊਗੀ ਸਸਤੀ ਹੋ ਜਾਊਗੀ ਇੰਡਸਟਰੀ ਲਿਸਟ ਵੀ ਆਊਗਾ ਸਾਰੇ ਆਉਣਗੇ ਫਿਰ ਫਿਰ ਕੰਪੀਟੀਸ਼ਨ ਦੇ ਵਿੱਚ ਥੋੜਾ ਜਿਹਾ ਵੀ ਸਸਤਾ ਪੈ ਇੱਕ ਇੱਕ ਦੋ ਪੈਸੇ ਨਾਲ ਹੀ ਫਰਕ ਪੈ ਜਾਂਦਾ ਅਸੀਂ ਦਿਲੋਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੇ ਲੱਗੇ ਹੋਏ ਆਂ ਥੋੜਾ ਜਿਹਾ ਟਾਈਮ ਚਾਹੀਦਾ ਨੀਅਤੇ ਸਾਨੂੰ ਆਪਣੇ ਆਪ ਨੂੰ ਵੀ ਯਕੀਨ ਹੈ ਕਿ ਅਸੀਂ ਸੱਚੀ ਨੀਂਤਰਾ ਕੰਮ ਕਰ ਰਹੇ ਆਂ ਆਉਣ ਵਾਲੇ ਦਿਨਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਜਨਵਰੀ ਦੇ ਪਹਿਲੇ ਹਫ਼ਤੇ ਨਵੇਂ ਸਾਲ ਦਾ ਤੋਹਫ਼ਾ ਇਹ ਹੋਊਗਾ ਕਿ 3000 ਤੋਂ ਵੱਧ ਮਾਸਟਰ ਕੇਡਰ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ 3000 ਸੋ ਮੈਂ ਥੋੜਾ ਜਿਹਾ ਇੱਕ ਬੇਨਤੀ ਮੈਂ ਹਰ ਵਾਰੀ ਕਰਦਾ ਹੁੰਨਾ ਕਿ ਥੋੜਾ ਜਿਹਾ ਪੇਸ਼ੈਂਸ ਰੱਖ ਲਓ ਸਬਰ ਰੱਖ ਲਓ ਮੈਨੂੰ ਇਹ ਵੀ ਪਤਾ ਹੈ ਕਿਉਂਕਿ ਮੈਂ ਜ਼ਮੀਨ ਨਾਲ ਜੁੜਿਆ ਹੋਇਆ ਹਾਂ ਮੈਨੂੰ ਵੀ ਪਤਾ ਕਿ ਬਹੁਤ ਸਾਰੇ ਹਜੇ ਤਰਨਾਕਾਰੀ ਪ੍ਰਦਰਸ਼ਨਕਾਰੀ ਨੇ ਜਿੰਨਾ ਦਾ ਨਾਰੇ ਲਾਉਂਦੇ ਲਾਉਂਦੇ ਓਵਰ ਏਜ ਹੋ ਗਏ ਜੀ 7-7 ਸਾਲ ਤੋਂ ਨਾਲ ਲੱਗ ਰਹੇ ਨੇ ਤਰਨੇ ਚੱਲ ਰਹੇ ਨੇ ਮੈਂ ਉਹਨਾਂ ਨੂੰ ਯਕੀਨ ਦਿਵਾਇਆ ਇੱਕ ਵਾਰੀ ਕੋਰਟ ਨਾਲ ਕਲੀਅਰ ਕਰਾ ਲਈਏ ਅਸੀਂ ਨੌਕਰੀ ਦੇਣ ਦੀ ਉਮਰ ਵੀ ਵਧਾ ਦਾਂਗੇ ਪਰ ਇਹ ਨਹੀਂ ਹੈਗਾ ਕਿ ਤੁਸੀਂ ਤੁਸੀਂ ਓਵਰ ਏਜ ਹੋ ਗਏ ਹੁਣ ਨੌਕਰੀਆਂ ਮਿਲਣ ਲੱਗੀਆਂ ਸੋ ਜਿਨ੍ਹਾਂ ਨੇ ਇਹ ਸੰਘਰਸ਼ ਲੜੇ ਨੇ ਤੇ ਸੋ ਸਾਡੇ ਵੱਲੋਂ ਪ੍ਰਾਈਵੇਟ ਸੈਕਟਰ ਸਰਕਾਰੀ ਸੈਕਟਰ ਅਸੀਂ ਕੋਈ ਇਹੋ ਜਿਹਾ ਸੈਕਟਰ ਛੱਡਣਾ ਨਹੀਂ ਜਿੱਥੋਂ ਪੰਜਾਬ ਨੂੰ ਪ੍ਰੋਫਿਟ ਨਾ ਆਉਂਦਾ ਹੋਵੇ ਔਰ ਪ੍ਰੋਫਿਟ ਜਦੋਂ ਆ ਗਿਆ ਉਹ ਲੋਕਾਂ ਦੇ ਲੈਣਾ ਹੈ ਬਿਜਲੀ ਦੇ ਰੂਪ ਚ ਸੜਕਾਂ ਦੇ ਰੂਪ ਚ ਹਾਂ ਤੁਸੀਂ ਦੇਖੋ ਟੋਲ ਪਲਾਜ਼ੇ ਬੰਦ ਕੀਤੇ ਅੰਜਲੀ ਜਾਂਦੀ ਸੀ ਆ ਜੋ ਜੀ ਕਹਿੰਦੇ ਸਾਨੂੰ 522 ਦਿਨ ਹੋਰ ਵਧਾ ਦਿਓ ਜੀ ਕੀ ਗੱਲ ਜੀ ਕਰੋਨਾ ਆ ਗਿਆ ਸੀ ਮੈਂ ਕਰੋਨਾ ਸਾਰਿਆਂ ਤੇ ਆਇਆ ਸੀਗਾ ਕਰੋਨਾ ਤਾਂ ਐਕਟ ਆਫ ਗੋਡ ਮੰਨਿਆ ਜਾਂਦਾ ਥੋੜੀ ਗੱਲਾਂ ਤੇ ਆਇਆ ਸੀਗਾ ਬਿਕੋਜ਼ ਅੰਦੋਲਨ ਆ ਗਿਆ ਸੀ ਕਿਸਾਨਾਂ ਦਾ ਅੰਦੋਲਨ ਮੈਂ ਕਿਹਾ ਸੈਂਟਰ ਨੇ ਬਣਾਈ ਸੀ ਕਾਨੂੰਨ ਉਹਨਾਂ ਨਾਲ ਗੱਲ ਕਰੋ ਪਰ ਤੁਹਾਡੀ ਮਿਆਦ ਪੂਗੀ ਤੁਸੀਂ ਪਹਿਲਾਂ ਮਿਆਦ ਪੂਗਣ ਤੋਂ ਪਹਿਲਾਂ ਜਿੰਨੇ ਕੁਛ ਲਿਖਿਆ ਸੀ ਉਹ ਪੂਰਾ ਕੀਤਾ ਨਹੀਂ ਕੀਤਾ 8 ਕਰੋੜ ਦੀ ਸੜਕ ਸਰਕਾਰ ਨੇ ਬਣਾ ਕੇ ਦਿੱਤੀ 1500 ਸਾਢੇ 16 ਸਾਲ ਦਾ ਐਗਰੀਮੈਂਟ ਕਰ ਲਿਆ ਸਾਢੇ 15 ਸਾਲ ਦਾ 7 ਕਰੋੜ ਇੱਕ ਇੱਕ ਸਾਲ ਦੀ ਇਨਕਮ ਹੈ 8 ਕਰੋੜ ਦੀ ਸੜਕ ਉਹ ਵੀ ਸਰਕਾਰ ਨੇ ਬਣਾ ਕੇ ਦਿੱਤੀ 110 ਕਰੋੜ ਇਕੱਠਾ ਕਰ ਲਈ ਹਜੇ ਵੀ ਕਹਿੰਦੇ 500 ਪਾਈਪ ਹੋਰ ਦਿਓ ਮਗਰ ਤੁਸੀਂ 500 ਪਾਈਪ ਦਿਨ ਮੰਗਦੇ ਹੋ ਅਸੀਂ ਪਰਚਾ ਦੇਣ ਨੂੰ ਕਰਦੇ ਆ ਤੁਹਾਡੇ ਤੇ ਵੀ ਤੁਸੀਂ ਪਤਾ ਲਿਕਮ ਨਹੀਂ ਉਹ ਤੁਸੀਂ ਮੈਸਜ ਉਸ ਕੀਤਾ ਕੋਈ ਕਲਾਸ ਪੂਰਾ ਨਹੀਂ ਕੀਤਾ ਦਿੱਤਾ ਪਰਚਾ 400 ਵੀ ਦਾ ਹੋਰ ਤਾਂ ਰਾਮਾ हां जे मैं मैं भी उन्ना ਵਰਗਾ ਹੁੰਦਾ ਮੈਂ ਵੀ ਪਹਿਲੇ ਵਾਲਾ ਵਰਗਾ ਹੁੰਦਾ ਮੈਂ ਕੀ ਕਹਦਾ ਮੈਂ ਕਹਿੰਦਾ ਠੀਕ ਹੈ 522 300 ਦਿਨ ਮੇਰਾ ਬਾਪ 222 ਤੁਹਾਡੇ ਮੇਰੇ ਵਾਲਾ ਥੋੜਾ ਅਡਵਾਂਸ ਦੇ ਜੋ ਉਹ ਕਹਿੰਦੇ ਸੀ ਫਿਰ 222 ਕਿਉਂ ਅਸੀਂ 300 ਬਾਈ ਅਸੀਂ ਕਰ ਲੈਨੇ ਆ ਉਹਾਂ ਠੀਕ ਹੈ ਲੋਕਾਂ ਨੂੰ ਕਿਹੜਾ ਪਤਾ ਲੱਗਦਾ ਚਲੋ ਚੱਲ ਜਣਗੇ ਤੁਸੀਂ ਕਿਹੜਾ ਕਿਸੇ ਟੋਲ ਬਲਾਜ ਨੂੰ ਪੁੱਛਦੇ ਹੋ ਭਾਈ ਕਿੰਨੀ ਤਰੀਖ ਤੱਕ ਹੋ ਤੁਸੀਂ ਤੁਸੀਂ ਕਿਸੇ ਟੋਲ ਬਲਾਜ ਤੇ ਅੱਜ ਵੀ ਜਾਓਗੇ ਵਾਪਸ ਕਿਸੇ ਟੋਲ ਬਲਾਜ ਦੇ ਰੇਟ ਲਿਸਟ ਪੜਿਓ ओरिजिनल ਅੱਖਾਂ 'ਚ ਨਹੀਂ ਲਿਖੀ ਹੋਈ ਉੱਤੇ ਪਰਚੀਆਂ ਲੱਗੀਆਂ ਹੋਈਆਂ ਨੇ ਘਟਾਉਣ ਵਾਸਤੇ ਪਰਚੀ ਲੈਣੀ ਹੋਣੀ ਵੀ ਘਟ ਗਿਆ ਹੁਣੇ 5 ਰੁਪਏ ਵਧ ਗਿਆ ਆਪਾਂ ਗਾ ਵਧ ਗਿਆ ਚਲੋ ਭਾਈ 85 ਲੈ ਲਾ ਸੋ ਆਪਾਂ ਥੋੜਾ ਜਿਹਾ ਨਾ ਮੈਂ ਉਹਨਾਂ ਨੂੰ ਕਿਹਾ ਕਿ ਆਪਣੇ ਆਪਣੇ ਐਕਸਪਾਇਰੀ ਡੇਟ ਸਾਰੀਆਂ ਲਿਖੋ ਤੇ ਸੋ ਮੇਰੇ ਵੱਲੋਂ ਮੇਰੀ ਸਰਕਾਰ ਵੱਲੋਂ ਕੋਈ ਸਪਾਰਸ਼ ਨਹੀਂ ਕੋਈ ਰਿਸ਼ਵਤ ਨਹੀਂ ਬਕਾਇਦਾ ਤੌਰ ਤੇ ਪੇਪਰ ਮੈਰਿਜ ਦੇ ਆਧਾਰ ਤੇ ਦੋ ਗਰੀਬ ਦਾ ਬੱਚਾ ਚਾਹੇ ਜੋ ਮਰਜੀ ਹੈ ਜਿਹੜਾ ਮੈਰਿਟ ਚ ਆਊਗਾ ਉਹਨੂੰ ਨੌਕਰੀ ਮਿਲ ਜਾਊਗੀ ਅਸੀਂ ਅਨਾਉਂਸ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ 1800 ਕਨਸਟੇਬਲ ਤੇ 300 ਸਬ ਇੰਸਪੈਕਟਰ ਰੱਖੇ ਜਾਣਗੇ ਉਹਨਾਂ ਦਾ ਸਾਰਾ ਅਸੀਂ ਅਗਲੇ 2-3 ਸਾਲ ਦਾ ਡਾਟਾ ਵੀ ਜਾਰੀ ਕਰਤਾ ਪੂਰਾ ਨੋਟੀਫਿਕੇਸ਼ਨ ਕਿ ਕਦੋਂ ਹੋਣਗੇ ਜਨਵਰੀ ਚ ਨੋਟੀਫਿਕੇਸ਼ਨ ਹੋਊਗਾ ਮਈ ਤੇ ਜੂਨ ਚ ਲਿਖਤੀ ਪੇਪਰ ਹੋਊਗਾ 15 ਸਤੰਬਰ ਤੋਂ 30 ਸਤੰਬਰ ਤੱਕ ਫਿਜ਼ੀਕਲ ਟੈਸਟ ਹੋਊਗਾ ਕਰ ਲਓ ਤਿਆਰੀ ਹੁਣੇ ਤੋਂ ਔਰ ਰੱਬ ਨਾ ਕਰੇ ਨਹੀਂ ਚੁਣੇ ਗਏ ਅਗਲੀ ਟੈਂਪਟ ਦੇਵਾਂਗੇ ਤੁਹਾਨੂੰ ਜੇ ਮੈ ਆਈਐਸਆਈ ਪੇਸਟ ਮਿਲਦੀ ਹੈ ਅਗਲੀ ਟੈਂਪਟ ਚ ਤਿਆਰੀ ਕਰ ਲਓ ਸੋ ਕਰਦੇ ਤਾਂ ਪਹਿਲਾਂ ਵੀ ਸੀ 2000 2021 2200 ਰਿਟਾਇਰ ਹੋ ਜਾਂਦੇ ਇਸ ਸਾਲ ਚ ਕਰਦੇ ਸੀ ਪਹਿਲਾਂ ਭਰਤੀ ਪਰ ਡੇਢ ਮਹੀਨਾ ਪਹਿਲਾਂ ਦੱਸਦੇ ਸੀ ਪੰਜਾਬ ਪੁਲਿਸ ਭਰਤੀ ਖੁੱਲੀ ਹੈ ਡੇਢ ਮਹੀਨੇ ਬਾਅਦ ਉਹ ਨੌਜਵਾਨ ਮੁੰਡੇਗਾ ਜੀ ਯਾਰ ਥੋੜਾ ਜਿਹਾ ਪਹਿਲਾਂ ਪਤਾ ਹੁੰਦਾ ਤਿਆਰੀ ਕਰ ਲੈਂਦੇ ਹੁਣ ਅਸੀਂ ਪਹਿਲੇ ਦੱਸਤਾ ਉਹਨਾਂ ਨੂੰ ਤੇ ਉਹ ਜਿਹੜੇ ਰੱਖਦੇ ਸੀ ਉਹਨਾਂ 'ਚ ਵੀ ਬਹੁਤ ਖੁਸ਼ੀ ਆ ਇਹਦਾ ਪੂਆ ਦਾ ਮੁੰਡਾ 1 ਇੰਚ ਕੱਦ ਵਧਾ ਤੋ ਕੱਦ ਹੀ ਵਧਾਣ ਦੇ ਲਾ ਤੂੰ ਸੂਖੇ ਇੰਚ ਜਿਹੜਾ ਰੱਬ ਦੇ ਹੱਥ 'ਚ ਹੈ ਮਤਲਬ ਕੋਈ ਤਰੀਕਾ ਛੱਡਿਆ ਨਹੀਂ ਮਾਦੇ ਬੋਤਾਂ ਨੇ ਸੋ ਸੋ ਤੁਹਾਡੀ ਸਰਕਾਰ ਹੈ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਲੱਗਦਾ ਮੈਂ ਜੇ ਸੱਤ ਜਨਮ ਵੀ ਲਵਾਂ ਤੇ ਹਰ ਜਨਮ ਚ ਹਰ ਸਾਹ ਬਾਦ ਤੁਹਾਡਾ ਧੰਨਵਾਦ ਕਰੀ ਜਾਵਾਂ ਤਾਂ ਵੀ ਮੈਂ ਤੁਹਾਨੂੰ ਧੰਨਵਾਦ ਕਰਦਾ ਜਿੱਡਾ ਵਿਸ਼ਵਾਸ ਤੁਸੀਂ ਮੇਰੇ ਤੇ ਕੀਤਾ ਵੱਡੇ ਵੱਡੇ ਕਹਾਗ ਵੱਡੇ ਵੱਡੇ ਦਿਗਜ ਜਿਹੜੇ ਕਹਿੰਦੇ ਸੀ ਅਸੀਂ ਕਿ ਜ਼ਿੰਦਗੀ ਚ ਇੱਥੇ ਰਹਿਣਾ ਗੱਦੀਆਂ ਤੇ ਰਹਿਣਾ ਉਹਨਾਂ ਨੂੰ ਤੁਸੀਂ ਧਰਤੀ ਦਿਖਾਈ ਹੈ ਤੇ ਹੁਣ ਫਰਜ ਮੇਰਾ ਬੰਦ ਇੱਕ ਹੋਰ ਗੱਲ ਹੈ ਕਿਉਂਕਿ ਜਦੋਂ ਵੀ ਕਿਸੇ ਸਿਸਟਮ ਨੂੰ ਤੁਸੀਂ ਬਦਲਣ ਦੀ ਕੋਸ਼ਿਸ਼ ਕਰੋਗੇ ਜਾ ਬਦਲਦੀ ਗੱਲ ਕਰੂੰਗੇ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਹੁੰਦੇ ਨੇ ਜਿਹੜੇ ਉਹ ਸਿਸਟਮ ਤੋਂ ਲਾਭ ਲੈਂਦੇ ਨੇ ਉਹ ਹਮੇਸ਼ਾ ਬਾਊਸਪੈਕ ਕਰਦੇ ਨੇ ਇਸ ਕਰਕੇ ਇਹਨਾਂ ਤੋਂ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਦੋਨੇ ਪਾਰਟੀਆਂ ਤੋਂ ਵੀ ਆਰਾਮ ਕਰਾਂ ਦਾ ਮੁੰਡਾ ਭਗਵਾਨ ਤਮਾਨ ਕਿਉਂ ਬਹਿ ਗਿਆ ਇੱਥੇ ਕੁਰਸੀ ਤੇ ਇਹਨੇ ਸਾਡੇ ਵਾਲੇ ਘਰ ਕਿਉਂ ਖੋਲੇ ਇਹ ਤਾਂ ਸਾਡੇ ਤਿੰਨ ਪੁੱਤਾਂ ਕੋਲੇ ਹੁੰਦੇ ਜੀ ਇਹਨੇ ਚੇਹ ਬਹਿ ਗਿਆ ਐਮਐਲਏ ਤੱਕ ਠੀਕ ਆ ਚਲ ਆ ਤਾਂ ਵਾਲੀ ਕੁਰਸੀ ਲੈ ਗਿਆ ਤਾਂ ਤਾਂ ਕਰਕੇ ਹੁਣ ਉਪਚਾਹੇ ਉਹਨਾਂ ਨੂੰ ਪਾਰਲੀਮੈਂਟ 'ਚ ਮੌਕਾ ਮਿਲੇ ਚਾਹੇ ਉਹਨਾਂ ਨੂੰ ਅੱਖਾਂ ਦੇ ਕੈਂਪ ਤੇ ਚਾਹੇ ਖੁੰਦਾਨ ਕੈਂਪ ਤੇ ਚਾਹੇ ਖੰਡਪਾਟ ਸਾਹਿਬ ਦੇ ਭੋਗ ਤੇ ਚਾਹੇ ਜਗਰਾਤੇ ਤੇ ਮੈਨੂੰ ਪੈ ਨਿਕਲਦਿਆ ਬਸ ਆਇਆ ਲੱਗਦਾ ਜਿਵੇਂ ਮਤਲਬ ਸਾਰਾ ਕੁਛ ਹੀ ਵਿਗੜਿਆ ਜਿੰਨਾ ਸਮਾਂ ਮੈਂ ਮਹੀ ਕਵਾ ਦਾ ਕਰਕੇ ਆਇਆ ਮੈਂ ਤੁਸੀਂ ਦੋ ਸੁਣ ਲਿਓ ਜਿਹੜਾ ਮਰਜੀ ਓਹੀ ਨੇ ਜਿਹੜੇ ਕਹਿੰਦੇ ਸੀ ਬਣਦੀ ਨਹੀਂ ਸਰਕਾਰ ਫੇਰ ਕਦੇ ਸਰਕਾਰ ਬਣ ਗਈ ਚੱਲਦੀ ਨਹੀਂ ਚੱਲ ਗਈ ਬਿਜਲੀ ਨਹੀਂ ਕਰ ਸਕਦੇ ਫਿਰ ਜੀਰੋ ਕਰਤੀ ਹਲੇ 100 ਰੁਪਏ ਮਹਲਾਮਾ ਦਾ ਨਹੀਂ ਦਿੱਤਾ ਇਹਨਾਂ ਨੇ ਉਹ ਵੀ ਅੱਗੇ ਆਉਣ ਵਾਲੇ ਚ ਕਰ ਲਾਂਗੇ ਠੀਕ ਹੈ ਨਾ ਫੇਰ ਫੇਰ ਕੋਈ ਨਾ ਕੋਈ ਨੁਕਸ ਨੌਕਰੀਆਂ ਦਿੱਤੀਆਂ ਗਈਆਂ ਤਰਨੇ ਆਏ ਚੱਕੇ ਨਹੀਂ ਕਿਸੇ ਮਾਰੇ ਤੁਹਾਡੇ ਰਾਜ ਵੇਲੇ ਤਾਂ ਤਰਨੇ ਸ਼ੁਰੂ ਹੋਏ ਤੁਹਾਡੇ ਰਾਜ ਵੇਲੇ ਗੈਂਗਸਟਰ ਬਣੇ ਅਸੀਂ ਤਾਂ ਫੜ ਰਹੇ ਹਾਂ ਉਹਨਾਂ ਨੂੰ ਅਸੀਂ ਕੋਈ ਮਾਫੀਆ ਨਹੀਂ ਬਣਾਇਆ ਅਸੀਂ ਰੇਤੇ ਦਾ ਮਾਫੀਆ ਨਹੀਂ ਬਣਾਇਆ ਅਸੀਂ ਬੱਸਾਂ ਦਾ ਮਾਫੀਆ ਨਹੀਂ ਬਣਾਇਆ ਅਸੀਂ ਹਰ ਗੱਲ ਤੇ ਕੋਈ ਕੋਈ ਮੇਰੇ ਪੁੱਤ ਭਤੀਜੇ ਜਾਂ ਮੇਰੇ தாਏ ਦੇ ਘਰੋਂ ਕੋਈ ਪੈਸੇ ਨਹੀਂ ਭਟੇ ਜਾਂਦੇ 9-10 ਮਹੀਨੇ ਹੋ ਗਏ ਕਿਤੇ ਮੈਨੂੰ ਛੱਡ ਦੇ ਤਾਹਾਂ ਵਾਲੇ ਕਿਤੇ ਉਹ ਤਾਂ ਐ ਲੱਗੀ ਹੋਈ ਅੱਖ ਬਾਜ ਮੇਰੇ ਤੇ ਛੱਡ ਦਿੰਦੇ ਮੈਨੂੰ ਅਜੇ ਤੱਕ ਮੈਂ ਤਾਂ ਉਹੀ ਬਿਨਾ ਉਸ ਦੀ ਗੱਲ ਤੋਂ ਚੱਕ ਕੇ ਅੰਦਰ ਮਾਰਦੇ ਆ ਸੋ ਇਸ ਕਰਕੇ ਇਸ ਗੱਲ ਤੇ ਤੁਸੀਂ ਬਿਲਕੁਲ ਯਕੀਨ ਰੱਖਿਓ ਉਹ ਮੇਰਾ ਯਕੀਨ ਤੁਹਾਡੇ ਕਰਕੇ ਤੁਹਾਡੇ ਵਿਸ਼ਵਾਸ ਕਰਕੇ ਮੇਰਾ ਯਕੀਨ ਵੱਧਾ ਹੈ ਕਿ ਕੋਈ ਗੱਲ ਨਹੀਂ ਜੋ ਮਰਜ਼ੀ ਕਰ ਲੋ ਲੋਕ ਮੇਰੇ ਨਾਲ ਨੇ ਜਿਨ੍ਹਾਂ ਚ ਲੋਕ ਮੇਰੇ ਨਾਲ ਨੇ ਮੈਂ ਲੋਕਾਂ ਦੇ ਹੱਕ ਚ ਰਹੂੰਗਾ ਥੋੜੀਆਂ ਬਹੁਤ ਕਮੀਆਂ ਰਹਿੰਦੀਆਂ ਹੋਣਗੀਆਂ ਇਨਸਾਨ ਆ ਗਲਤੀ ਦੇ ਬੁੱਤਲੇ ਆ ਜਿਨੇ ਕੋਈ ਗਲਤੀ ਨਹੀਂ ਕੀਤੀ ਤਾਂ ਮੈਨੂੰ ਉਹਨਾਂ ਕੋਈ ਕੰਮ ਵੀ ਨਹੀਂ ਕੀਤਾ ਕੰਮ ਦੌਰਾਨ ਗਲਤੀਆਂ ਹੋ ਜਾਂਦੀਆਂ ਨੇ ਸੁਧਾਰ ਲਾਂਗੇ ਪੁਰਾਣੇ ਕਾਗਜ਼ ਪਏ ਨੇ ਕਈ ਵਾਰੀ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਆ ਜਾਂਦੀ ਹੈ ਕੋਸ਼ਿਸ਼ ਕਰਦੇ ਆ ਕਿ ਫੈਸਲੇ ਵਧੀਆ ਕਰਵਾ ਕੇ ਵੱਡੇ ਜੱਜ ਵਕੀਲ ਵਕੀਲ ਭੇਜ ਕੇ ਫੈਸਲਾ ਲੋਕਾਂ ਦੇ ਹੱਕ ਚ ਕਰਾ ਕੇ ਲੋਕਾਂ ਨੂੰ ਉਹਦਾ ਬਣਦਾ ਹੱਕ ਦੇਈਏ ਨੀਤਾ ਨੀਤਾ ਹੁਣ ਮੈਂ 25000 ਨੌਕਰੀ ਹੋਰ ਦੇਣੀ ਹੈ ਜੀ ਮੈਂ ਮੈਂ ਬੁਲਾ ਲੈਣਾ 25000 ਨੂੰ ਮੈਂ ਨਿਯੁਕਤੀ ਪੱਤਰ ਦੇ ਦੇਣਾ ਪਰ ਨਿਯੁਕਤੀ ਪੱਤਰ ਲੈ ਕੇ ਉਹ ਆਪਦੇ ਆਪ ਦੇ ਦਫਤਰਾਂ ਚ ਜਾਣਗੇ ਪਹਿਲਾਂ ਅਦਾਲਤ ਬੁਲਾਉ ਉਹਨਾਂ ਨੂੰ ਵਕੀਲ ਕਰਦੇ ਫਿਰਦੇ ਉਹਨਾਂਗੇ ਮੈਂ ਕਹਿੰਦਾ ਤੁਸੀਂ ਵਕੀਲ ਅਸੀਂ ਕਰਕੇ ਰਸਤਾ ਕਲੀਅਰ ਕਰ ਕਰਕੇ ਕਰ ਕਰਕੇ ਤੁਹਾਨੂੰ ਅਸੀਂ ਨੌਕਰੀਆਂ ਵੰਡੀ ਜਾਵਾਂਗੇ ਆ ਮੇਰੀ ਮੇਰੀ ਸੋਚ ਹੈ ਬਜਟ ਜਿਹੜਾ ਉਹਨੂੰ ਐਜੂਕੇਸ਼ਨ ਵਾਸਤੇ ਬਜਟ ਰੱਖਣਾ ਹੈ ਹੈਲਥ ਵਾਸਤੇ ਮਹੱਲਾ ਕਲੀਨਿਕ ਬਣਨੇ 100 ਬਣ ਗਏ 26 ਜਨਵਰੀ ਤੱਕ 350 ਹੋਰ ਦੇਰ ਹੈ 31 ਮਾਰਚ ਤੱਕ 750 ਹੋ ਜਾਊਗਾ 750 ਤੇ ਮੈਡੀਕਲ ਕਾਲ ਜਾਂਦੇ ਤੂੰ ਘਾਟਨ ਕਰਤੇ ਤਿੰਨ ਦੇ ਔਰ ਇਹ ਜੇ ਬਣਨਗੇ ਜਿਹੜੇ 2024 ਵਾਸਤੇ ਨਾ 2040 ਵਾਸਤੇ ਅੱਗੇ ਵਾਲੀ ਸੋਚ ਰੱਖਣੀ ਹੈ ਇਹਨਾਂ ਵਾਂਗੂ ਨਹੀਂ ਹੈਗਾ ਚਾਰ ਕਿੱਟਾਂ ਲਾਤੀਆਂ ਕਾਲਜ ਬਣ ਗਏ ਜੀ ਸੋ ਇਹ ਇਸ ਕਰਕੇ ਕੋਈ ਵੀ ਫੀਲਡ ਹੋਵੇ ਮੈਡੀਕਲ ਦਾ ਫੀਲਡ ਹੋਵੇ ਚਾਹੇ ਉਹ ਸ਼ਹਿਰੀ ਫੀਲਡ ਹੋਵੇ ਪੇਂਡੂ ਫੀਲਡ ਹੋਵੇ ਖੇਤ ਮਜ਼ਦੂਰਾਂ ਦੀ ਗੱਲ ਹੋਵੇ ਕੰਸਟਰਕਸ਼ਨ ਮਜ਼ਦੂਰਾਂ ਦੀ ਗੱਲ ਹੋਵੇ ਸਰਕਾਰ ਕੋਲੇ ਜਿੰਨਾ ਪੈਸਾ ਪਿਆ ਹੈ ਅਸੀਂ ਉਹਨੂੰ ਖਰਚਣ ਦੀ ਕਰਦੇ ਆ ਕਿ ਖਰਚ ਕੇ ਫੇਰ ਸੈਂਟਰ ਕੋਲੇ ਜਾਈਏ ਵੀ ਹੈ ਨਹੀਂ ਹੜਕੁੱਟ ਦਾ ਉਹਨੂੰ ਸੰਤੋ ਦੇ ਉਹ ਹੋਰ ਇਹ ਕੀ ਕਰਦੇ ਸੀ ਨਕਈ ਸਕੀਮਾਂ ਨੇ 90 ga, center, 10 ਤੇ ਹੈ ਕਈ 80 20 ਤੇ ਵੀ ਨੇ ਕਿ 90% ਪੈਸਾ ਪਾਊਗਾ ਸੈਂਟਰ 10% ਆਪਾਂ ਪਾਉਣਾ ਆਪਣੇ ਵਾਲਾ 10% ਨਹੀਂ ਪਾਉਂਦੇ ਉਹਦੇ ਕਰਕੇ 90 ਵਾਪਸ ਚਲੇ ਜਾਂਦਾ ਆਪਣੇ ਵਾਲੇ 20 ਰੁਪਏ ਨਹੀਂ ਪਾਉਂਦੇ 80% ਵਾਪਸ ਚਲੇ ਜਾਂਦਾ ਜੇ ਮੈਂ ਤੁਹਾਨੂੰ ਦੱਸਾਂ ਅੰਦਰਲੀ ਇਹਨਾਂ ਦੀਆਂ ਤੁਸੀਂ ਹੈਰਾਨ ਰਹੋਗੇ ਕਿਵੇਂ ਲੁੱਟਦੇ ਰਹੇ ਤੁਸੀਂ ਦੇਖੋ ਅਸੀਂ ਤਾਂ ਅਜੇ ਕੁਝ ਕੀਤਾ ਵੀ ਨਹੀਂ ਸੀ ਕਿਹਾ ਹੀ ਸੀ ਅਜੇ ਵਿਜੀਲੈਂਸ ਵੀ ਜਾਂਚ ਕਰੂਗੀ ਇੱਕ ਮੰਤਰੀ ਕਰੋੜ ਰੁਪਏ ਦਾ ਵਾਅਦਾ ਕਰਕੇ 50 ਲੱਖ ਰੁਪਏ ਐਡਵਾਂਸ ਲੈ ਕੇ ਵਿਜੀਲੈਂਸ ਵਾਲਾਂ ਕੋਲ ਆ ਗਿਆ ਉਹ ਮੈਨੂੰ ਕਹਿੰਦੇ ਜੀ ਕੇਸ ਰੋਕਣ ਦੇ ਸਿਲਸਿਲੇ ਚ ਦਿੰਦਾ ਮੈਂ ਕਿ ਹੁਣ ਪਾਓ ਫਿਰ ਕੇਸਾ ਕੇਸ ਕੀਤਾ ਤਲਾਸ਼ੀ ਲਈ ਘਰ ਤਾਂ ਚਲੋ ਮਹਿਲਾ ਵਰਗੇ ਹੈਗੇ ਨੇ ਇਹਨਾਂ ਦੇ ਸਾਰਿਆਂ ਦੇ ਤਲਾਸ਼ੀ ਲਈ ਘਰ ਚੋਂ ਇੱਕ ਐਸੀ ਚੀਜ਼ ਮਿਲੀ ਜਿਹਦੇ ਬਾਰੇ ਸੋਚ ਨਹੀਂ ਸਕਦੇ ਆਪਾਂ ਜਿਹਦੇ ਬਾਰੇ ਸੋਚ ਕੇ ਲੋਕ ਕੰਡੇ ਖੜੇ ਹੋ ਜਾਂਦੇ ਨੋਟ ਗਿਣਨ ਵਾਲੀ ਮਸ਼ੀਨ ਘਰ ਚੋਂ ਮਿਲੀ ਜਨਾਬ ਬੈਂਕਾਂ ਚ ਹੁੰਦੀਆਂ ਨੇ ਨਾ ਨੋਟ ਗਿਣਨ ਵਾਲੇ ਮਸ਼ੀਨਾ ਘਰੇ ਕਿਸੇ ਦੇ ਘਰੇ ਨੋਟ ਗਿਣਨ ਵਾਲੀ ਮਸ਼ੀਨ ਹੋਊਗੀ ਜੀ ਫਿਰ ਉਸੇ ਤੇ ਹੋਊਗੀ ਨਾ ਜਿਹਦੇ ਅੱਬਰ ਦਾ ਪੈਸਾ ਆਉਂਦਾ ਮੰਨ ਲਾ ਸਾਰਾ ਟੱਬਰ ਥੱਕ ਗਿਆ ਨੋਟ ਗਿਣ ਕੇ ਕਿ ਉਹਨੇ ਕਹਤਾ ਭਾਈ ਆਪਦਾ ਮਸ਼ੀਨ ਮਗਾ ਲਓ ਸਾਤ ਨੂੰ ਗਿਣੇ ਜਾਂਦੇ ਹੁਣ ਆਈ ਹੋਇਆਊਗਾ ਕਰ ਹੁ ਮਸ਼ੀਨ ਦਾ ਵਤੀ ਲੈਂਦੇ ਹੁਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਆਪਦੇ ਘਰਾਂ ਚ ਰੱਖੀ ਬੈਠੇ ਨੇ ਕਹਿੰਦੇ ਨੇ ਪੰਜਾਬ ਨੂੰ ਅਸੀਂ ਤਰੱਕੀ ਕਰਾਵਾਂਗੇ ਐਸੇ ਕਰਕੇ ਮੇਰੇ ਤੇ ਲੱਗਦੇ ਨੇ ਕਿ ਮੈਂ ਨੋਟ ਮਸ਼ੀਨਾਂ ਨਾਲ ਨਹੀਂ ਗਿਣਦਾ ਮੈਂ ਲੋਕਾਂ ਦੀਆਂ ਜੇਬਾਂ ਚ ਪਾਈ ਜਾਂਦਾ ਨੋਟ ਵੀ ਤੁਸੀਂ ਗਿਣਨ ਲੱਗੋ